Hello. Can you see me and can you hear me? Oh yes, you can see me and you can hear me also. Sorry. Oh. Hello guys, how are you doing? ਕਿੱਦਾਂ ਤੁਸੀਂ ਠੀਕ ਹੋ? ਮੈਂ ਹੁਣੇ ਸ਼ੂਟ ਖਤਮ ਹੋਇਆ ਸੀ, ਮੈਂ ਕਿਹਾ ਚਲੋ ਪੂਰਾ ਲਾਈਵ ਹੋ ਜਾਂਦੇ ਹਾਂ, ਥੋੜ੍ਹਾ ਜਿਹਾ ਜ਼ਿਆਦਾ ਨਹੀਂ, ਥੋੜ੍ਹੇ ਟਾਈਮ ਲਈ। ਕਿਵੇਂ ਤੁਸੀਂ ਠੀਕ ਠਾਕ ਹੋ? ਤੁਹਾਡੇ ਮੈਸੇਜਸ, ਤੁਹਾਡੀਆਂ ਈਮੇਲਸ ਮੇਰੇ ਤੱਕ ਪਹੁੰਚੀ ਜਾਂਦੀਆਂ, ਮੈਂ ਸਾਰਾ ਕੁਝ ਪੜ੍ਹੀ ਜਾਂਦਾ। ਐਂਡ ਹੈਪੀ ਭਾਈ ਆ ਗਿਆ, ਹੈਪੀ ਰਾਏਕੁੱਟੀ ਭਾਈ, ਆ ਜਾਓ ਭਾਈ, ਆ ਜਾਓ ਆ ਜਾਓ, ਮੈਂ 2 ਮਿੰਟ ਲਈ ਲਾਈਵ ਹੋਇਆ, ਮੈਂ ਆ ਜਾਓ ਨਾ, ਆਓ ਤੁਸੀਂ। ਹੈਪੀ ਭਾਈ ਦੇ ਗਾਣੇ ਤੁਸੀਂ ਦੇਖੋਗੇ, ਸੁਣੋਗੇ ਛੜਾ ਫਿਲਮ ਦੇ ਵਿੱਚ, ਸਾਰੇ ਦੇ ਸਾਰੇ ਗਾਣੇ ਹੈਪੀ ਭਾਈ ਦੇ ਲਿਖਿਆ, ਇੱਕ ਗਾਣਾ ਰਾਜ ਰਣਜੋਤ ਵੀਰ ਦਾ ਲਿਖਿਆ ਤੇ ਬਾਕੀ ਗਾਣੇ ਸਾਰੇ ਉਹ ਹੈਪੀ ਭਾਈ ਦੇ ਲਿਖੇ। ਜਿੰਨਾ ਚੁੱਭ ਮੈਂ ਇਹਨਾਂ ਨੇ ਰੰਗ ਪਾਇਆ, ਇੰਨੀ ਚੁੱਭ ਮੈਂ ਗਾਣੇ ਲਿਖੇ ਨਹੀਂ ਜੀ। ਐਸਾ ਮੈਂ ਸਭ ਤੋਂ ਮੂੰਹ ਤੇ ਫੇ ਕਹਿਣਾ ਔਖਾ ਲੱਗਦਾ, ਪਰ ਜੇ ਬਾਈ ਨਾ ਗਾਉਂਦੇ ਤਾਂ ਉਹ ਮੈਨੂੰ ਲੱਗਦਾ ਨਹੀਂ 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 ਤੁਹਾਡੇ ਗਾਉਣ ਨਾਲ ਬਾਈ ਬਹੁਤ ਨਹੀਂ 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 ਮੈਂ ਜਦੋਂ ਦਾ ਲਿਖਣ ਲੱਗਿਆ ਮੈਂ ਉਦੋਂ ਦਾ ਹੀ ਸੋਚਦਾ ਸੀ ਕਿ ਬਾਈ ਮੇਰਾ ਕਦੇ ਗਾਣਾ ਗਾਉਣ, ਪਰ ਸ਼ੁਰੂਆਤੀ ਦੌਰ ਚ ਬਾਈ ਨੇ ਗਾਣਾ ਗਾਇਆ, ਫਿਰ ਉਸ ਤੋਂ ਬਾਅਦ ਪੱਗ ਵਾਲਾ ਮੁੰਡਾ ਗਾਇਆ ਤੇ ਉਦੋਂ ਬਾਅਦ ਸਾਡੇ ਹੁਣ ਗਾਣੇ ਆ ਰਹੇ ਨੇ। ਥੈਂਕ ਯੂ ਸੋ ਮਚ ਤੇ ਮੇਰੀ ਮੈਨੂੰ ਮੈਂ ਦੱਸ ਨਹੀਂ ਸਕਦਾ, ਮੇਰੀ ਬਹੁਤ ਵੱਡੀ ਗੱਲ ਹੈ। ਹੈਪੀ ਬਾਈ ਉਹਨਾਂ ਦੀ ਐਲਬਮ ਵੀ ਆ ਰਹੀ ਆ ਤੇ ਤੁਸੀਂ ਸਪੋਰਟ ਕਰਨੀ ਸਾਰਿਆਂ ਨੇ, ਹੈਪੀ ਬਾਈ ਉਹਨਾਂ ਦੀ ਪੂਰੀ ਫੁੱਲ ਫਲੈਜ ਮੈਂ ਨਵੀਂ ਐਲਬਮ ਹੋਣੀ ਸੁਣੀ ਆ। ਥੈਂਕ ਯੂ। ਵੀਡੀਓ ਕਰਦੇ ਭਾਈ ਨੇ ਸ਼ੂਟ ਤੇ ਜਲਦੀ ਤੋਂ ਜਲਦੀ ਆ ਜਾਓ, ਅਗਲੇ ਮਹੀਨੇ ਕਰਦੇ ਆ, ਅਗਲੇ ਮਹੀਨੇ ਕੱਢਦੇ ਨੇ ਟੀਮ ਜੀ। ਸੋ ਹੈਪੀ ਬਾਈ ਤੁਸੀਂ ਗਾਣੇ ਸੁਣੋਗੇ ਛੜੇ ਦੇ ਵਿੱਚ ਤੇ ਹੈਪੀ ਬਾਈ ਦੀ ਐਲਬਮ ਸੁਣੋਗੇ ਹੁਣ ਤੁਸੀਂ, ਜਿਹੜੀ ਆਉਣ ਵਾਲੀ ਹੈ ਨਵੀਂ, ਤੇ ਛੜੇ ਦੇ ਗਾਣੇ ਜਿਹੜੇ ਉਹ ਸਾਰੇ ਤੁਸੀਂ ਸੁਣੋਗੇ ਅਗਲੇ ਸਾਲ। ਥੈਂਕ ਯੂ ਭਾਈ, ਐਪਲ ਐਪਲ ਥੈਂਕ ਯੂ ਭਾਈ, ਥੈਂਕ ਯੂ ਸੋ ਮਚ ਗਾਈਜ਼। ਤੇ ਤੁਹਾਡੀਆਂ ਈਮੇਲਸ ਤੇ ਮੇਰੇ ਕੋਲ ਮਿਲਦੀਆਂ ਪਈਆਂ, ਤੁਹਾਡੇ ਕਮੈਂਟਸ ਵੀ ਮੈਂ ਪੜ੍ਹਦਾ ਹਾਂ ਤੇ ਬਹੁਤ ਸਾਰੇ ਸੱਜਣ ਕਹਿੰਦੇ ਵੀ ਭੰਗੜੇ ਵਾਲੇ ਗਾਣੇ ਕਦੋਂ ਆਉਣੇ ਆ। ਭੰਗੜੇ ਵਾਲੇ ਜਿਹੜੇ ਗਾਣੇ ਆ ਉਹ ਆਉਣੇ ਆ ਦਸੰਬਰ ਦੇ ਵਿੱਚ ਭੰਗੜੇ ਵਾਲੇ ਗਾਣੇ ਆਉਣਗੇ, ਦੂਜੇ ਵੀਕ ਦੇ ਨੇੜੇ ਤੇੜੇ, ਪਹਿਲੇ ਦੂਜੇ ਵੀਕ ਆ ਜਾਣੇ ਦਸੰਬਰ 'ਚ ਆਉਣਗੇ। ਅਤੇ ਉਦੋਂ ਪਹਿਲਾਂ ਜਿੰਨੇ ਮੇਰੇ ਸ਼ੌਂਕ ਨੇ, ਜਿੰਨੇ ਮੇਰੀਆਂ ਦਿਲ ਦੀਆਂ ਮੇਰੇ ਉਬਾਲ ਨੇ ਉਹ ਆਉਣਗੇ, ਜਿੰਦ ਮਾਹੀ ਆਊਗਾ ਅਤੇ ਇੱਕ ਬਹੁਤ ਹੀ ਪਿਆਰਾ ਟਰੈਕ ਜਲਦੀ ਰਿਲੀਜ਼ ਕਰਾਂਗੇ, ਆਰ ਨਾਨਕ ਪਾਰ ਨਾਨਕ, ਉਹ ਬਹੁਤ ਜਲਦੀ ਰਿਲੀਜ਼ ਹੋਊਗਾ ਟਰੈਕ। ਮਹਾਰਾਜ ਸੁੱਖ ਰੱਖਣ, ਤੁਸੀਂ ਸਾਰੇ ਜਣੇ ਪਿਆਰ ਦਿਓ। ਬਹੁਤ ਹੀ ਪਿਆਰੀ ਵੀਡੀਓ ਬਣਾਈ ਹੈ ਬਲਜੀਤ ਭਾਈ ਨੇ ਅਤੇ ਗੁਰਪ੍ਰੀਤ ਭਾਈ ਉਹਨਾਂ ਨੇ ਸਾਰੀ ਪ੍ਰੈਜੈਂਟੇਸ਼ਨ ਕੀਤੀ ਆ ਅਤੇ ਹਰਮਨ ਵੀਰੇ ਦਾ ਲਿਖਿਆ, ਗੁਰਮੋਹ ਦਾ ਭਾਈ ਦਾ ਮਿਊਜ਼ਿਕ ਹੈ, ਬਹੁਤ ਹੀ ਪਿਆਰਾ। ਥੈਂਕ ਯੂ ਗਾਇਜ਼, ਥੈਂਕ ਯੂ। ਕਦੋਂ ਆਉਣਾ ਅੰਮ੍ਰਿਤਸਰ ਭਾਅ ਜੀ? ਅੰਮ੍ਰਿਤਸਰ ਭਾਅ ਜੀ ਜਦੋਂ ਮਹਾਰਾਜ ਨੇ ਕਿਰਪਾ ਕੀਤੀ ਆਪਾਂ ਪਹੁੰਚ ਜਾਣਾ, ਪੁੱਤ ਜੱਟ ਦਾ ਹਾਂ, ਪੁੱਤ ਜੱਟ ਦਾ ਤੁਹਾਡੀਆਂ ਵੀਡੀਓ ਮੈਨੂੰ ਮਿਲੀ ਜਾਣੀ, ਉਹ ਵੀ ਬਹੁਤ ਘੈਂਟ ਆ ਜੀ, ਸਿਰੇ ਹੀ ਆ ਮਹਾਰਾਜ। ਚਲੋ ਆਪਾਂ ਇੱਕ ਅੱਧੇ ਲਾਈਵ ਗੱਲ ਕਰ ਲੈਂਦੇ ਹਾਂ ਫਿਰ।